ਸੋਸ਼ੀਆ ਵੀਰੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਵੈਡਿੰਗ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਤੇ ਉਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਜਿਹੜਾ ਸਟੇਜ ਤੇ ਬੈਠ ਕੇ ਜਿਹੜਾ ਛਕਣ ਪਾਉਂਦੇ ਆ ਕੁੜੀ ਮੁੰਡੇ ਨੂੰ ਉਹਦੀ ਬੜੀ ਹੀ ਜ਼ਿਆਦਾ ਮਹੱਤਤਾ ਆ ਉਹ ਘੰਟਾ ਘੰਟਾ ਡੇਢ ਡੇਢ ਘੰਟਾ ਦੋ ਦੋ ਘੰਟੇ ਵੀ ਸਟੇਜ ਤੇ ਕੁੜੀ ਮੁੰਡਾ ਬੈਠੇ ਰਹਿੰਦੇ ਨੇ ਤੇ ਉਹਦੇ ਵਿੱਚ ਮੈਂ ਜਿਹੜੀ ਦੇਖੀ ਚੀਜ਼ ਕਿ ਇੱਕ ਵੈਡਿੰਗ ਫੋਟੋਗ੍ਰਾਫਰ ਜਦੋਂ ਕੰਮ ਕਰ ਰਿਹਾ ਹੁੰਦਾ ਆ ਤੇ ਉਹਨੂੰ ਮੁਸ਼ਕਲ ਕੀ ਹੁੰਦੀ ਆ ਕਿ ਸਟੇਜ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਆ ਮਤਲਬ ਕਿ ਹਰ ਕਿਸੇ ਨੂੰ ਇੱਕ ਜਲਦੀ ਹੋ ਜਾਂਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਸ਼ਗਨ ਪਾ ਲਈਏ ਮਤਲਬ ਕਿ ਆਪਣੀ ਫੋਟੋ ਚਾਲੀਏ ਫੋਟੋ ਚ ਲੈ ਖਚੋਂਦਾ ਤਾਂ ਨਹੀਂ ਹੈ ਸ਼ਗਨ ਦਾ ਹੁੰਦਾ ਹੈ ਕਿ ਸ਼ਗਨ ਪਾ ਕੇ ਅਸੀਂ ਫ੍ਰੀ ਹੋ ਜਾਈਏ ਤੇ ਲੇਕਿਨ ਉਹਦੇ ਵਿੱਚ ਮੈਂ ਇਹ ਚੀਜ਼ ਸੋਚਦਾ ਕਿ ਜ਼ਰੂਰੀ ਨਹੀਂ ਹੈ ਕਿ ਆਪਾਂ ਬਹੁਤ ਜਲਦੀ ਕਰਨੀ ਸ਼ਗਨ ਪਾਉਂਦੀ ਮਤਲਬ ਕਿ ਤੁਸੀਂ ਘੰਟਾ ਘੰਟਾ ਖਲੋ ਕੇ ਵੇਟ ਕਰਦੇ ਬੇਜੇ ਕਿ ਕਦੋਂ ਸਾਡਾ ਸਾਡੀ ਵਾਰੀ ਆਵੇ ਤੇ ਉਸ ਤੋਂ ਚੰਗਾ ਹੈ ਕਿ ਤੁਸੀਂ ਰਿਲੈਕਸ ਹੋ ਕੇ ਫੰਕਸ਼ਨ ਵੇਖੋ ਇੰਜੋਏ ਕਰੋ ਚੇਅਰ ਤੇ ਬੈਠੋ ਖਾਣਾ ਵਗੈਰਾ ਵਗੈਰਾ ਖਾਓ ਆਪਣਾ ਤੁਸੀਂ ਤੇ ਜਦੋਂ ਮਨ ਲੱਗੀ ਤੁਹਾਨੂੰ ਲੱਗਦਾ ਆ ਕਿ ਸਟੇਜ ਥੋੜਾ ਫ੍ਰੀ ਹੋ ਗਿਆ ਤੇ ਤੁਸੀਂ ਜਾ ਕੇ ਛਗਣ ਪਾ ਸਕਦੇ ਹੋ ਤੇ ਉਹਦੇ ਵਿੱਚ ਕਈ ਐਸੇ ਹਜੇ ਵੀ ਹੁੰਦੇ ਆ ਕਿ ਗੈਸਟ ਕਿ ਜਿਨ੍ਹਾਂ ਨੇ ਜਲਦੀ ਜਾਣਾ ਹੁੰਦਾ ਕੋਈ ਰੀਜ਼ਨ ਕੋਈ ਵੀ ਹੋਵੇ ਤੇ ਉਹਨਾਂ ਨੇ ਜਲਦੀ ਤੋਂ ਜਲਦੀ ਛਗਣ ਪਾ ਕੇ ਜਾਣਾ ਹੁੰਦਾ ਆ ਤੇ ਇਸ ਵਜ੍ਹਾ ਕਰਕੇ ਵੀ ਉਹ ਕਈ ਵਾਰ ਸਟੇਜ ਤੇ ਭੀੜ ਹੁੰਦੀ ਆ ਤੇ ਉਹਦਾ ਇੱਕ ਇੱਕ ਹੱਲ ਇਹ ਆ ਕਿ ਅਗਰ ਤੁਸੀਂ ਜਲਦੀ ਜਾਣਾ ਆ ਤਾਂ ਤੁਸੀਂ ਲੜਕਾ ਲੜਕੀ ਦੇ ਮਮੀ ਡੈਡੀ ਨੂੰ ਮਿਲ ਕੇ ਉਹਨਾਂ ਨੂੰ ਸ਼ਗਨ ਬਿਖਾ ਕੇ ਤੇ ਉਥੇ ਵੀ ਤੁਸੀਂ ਮਤਲਬ ਜਲਦੀ ਫ੍ਰੀ ਹੋ ਸਕਦੇ ਜੀ ਤੇ ਇਸ ਕਰਕੇ ਮੈਂ ਕਹਿੰਦਾ ਕਿ ਉਹ ਨਾ ਫੋਟੋਗ੍ਰਾਫੀ ਬਹੁਤ ਹੀ ਮਤਲਬ ਕਹਿ ਸਕਦੇ ਆ ਕਿ ਜਿੱਦਾਂ ਤੁਹਾਨੂੰ ਮੈਂ ਰਿਜ਼ਲਟ ਵੀ ਦਿਖਾਵਾਂਗਾ ਐਡਿਟ ਕਰਕੇ ਇੱਕ ਰਸ਼ ਵਾਲੀ ਸਟੇਜ ਤੇ ਇੱਕ ਬੜੇ ਆਰਾਮ ਨਾਲ ਜਿਹੜੀ ਘੱਟ ਗੈਦਰਿੰਗ ਵਾਲੀ ਸਟੇਜ ਹੁੰਦੀ ਆ ਉਹਦੇ ਵਿੱਚ ਕੀ ਫਰਕ ਹੁੰਦਾ ਰਿਜ਼ਲਟ ਦੇ ਵਿੱਚ ਤੇ ਉਹ ਜਲਦੀ ਤੁਹਾਨੂੰ ਮੈਂ ਦਿਖਾਵਾਂਗਾ ਜਰੂਰ ਤੇ ਉਸੀ ਕਰਿਆ ਕਰੋ ਕਿ ਸਟੇਜ ਤੇ ਰਸਨਾ ਨਾ ਬਵੇ ਬੜੇ ਕੁ ਵੀ ਆਮ ਨਾ 1 ਬਾਈ 1 ਫੈਮਿਲੀ ਵਾਈਜ਼ ਆਕੇ ਤੁਸੀਂ ਫੋਟੋਗ੍ਰਾਫੀ ਕਰਾਓ ਤੇ ਦੇਖਿਓ ਤੁਹਾਨੂੰ ਉਹ ਵੀਡੀਓ ਬਹੁਤ ਹੀ ਵੇਖਣ ਦਾ ਮਜ਼ਾ ਆਊਗਾ ਠੀਕ ਹੈ ਜੀ ਕਿ ਭੀੜ ਭੜਕੇ ਲਈ ਸਟੇਜ ਤੁਹਾਨੂੰ ਸਹੀ ਰਿਜ਼ਲਟ ਨਹੀਂ ਦੇ ਸਕਦੀ ਤੇ ਜਦੋਂ ਤੁਸੀਂ 1 ਬਾਈ 1 ਫੈਮਿਲੀ ਵਾਈਜ਼ ਆਕੇ ਫੋਟੋਗ੍ਰਾਫੀ ਕਰਾਓਗੇ ਤਾਂ ਤੁਹਾਨੂੰ ਦੇਖਣ ਚ ਵੀ ਸੋਹਣਾ ਲੱਗੂਗਾ ਤੇ ਇੱਕ ਫੋਟੋਗ੍ਰਾਫਰ ਨੂੰ ਵੀ ਮਤਲਬ ਕਿ ਜੇਕਰ ਬੜੇ ਰਿਲੈਕਸ ਹੋ ਕੇ ਫੋਟੋਗ੍ਰਾਫੀ ਕਰੂਗਾ ਜਾਂ ਕਿ ਉਹਨੂੰ ਆਵਾਜ਼ਾਂ ਦੇਣੀਆਂ ਪੈਂਦੀ ਆ ਪਾਜੀ ਇੱਧਰ ਹੋ ਜਾਓ ਪਾਜੀ ਇੱਧਰ ਹੋ ਜਾਓ ਪਾਜੀ ਪਿੱਛੇ ਖੜ ਜਾਓ ਤੇ ਉਹ ਜਿਹੜੀ ਚੀਜ਼ ਆ ਉਹਨੂੰ ਵੀ ਕੋਈ ਮੁਸ਼ਕਲ ਨਹੀਂ ਆਉਗੀ ਇੱਕ ਫੋਟੋਗ੍ਰਾਫਰ ਨੂੰ ਵੀ ਤੇ ਸਹਿਯੋਗ ਦਿਓ ਫੋਟੋਗ੍ਰਾਫੀ ਵਾਸਤੇ ਮਤਲਬ ਇੱਕ ਵਧੀਆ ਫੋਟੋਗ੍ਰਾਫੀ ਕੀਪੀ ਜਾਵੇ ਕਿਉਂਕਿ ਤੁਸੀਂ ਪੈਸੇ ਲਗਾਏ ਹੁੰਦੇ ਆ ਤੇ ਅਸੀਂ ਕਿਹੜਾ ਫ੍ਰੀ ਕਰ ਰਹੇ ਹੁੰਦੇ ਆ ਤੇ ਤੁਸੀਂ ਵਧੀਆ ਕਰਾਓਗੇ ਤੇ ਵਧੀਆ ਹੀ ਹੋਊਗਾ ਥੈਂਕ ਯੂ